ਉੱਪਰੋਂ ਹੀ ਆਏ ਆ ਜੀ, ਕੋਈ ਮੇਨ ਗੇਟ ਤਾਂ ਖੁੱਲ੍ਹਾ ਨਹੀਂ ਸੀ ਨਾ ਹੀ ਕੋਈ, ਸਿਰਫ ਅਸੀਂ ਉੱਪਰ ਉੱਠੇ ਹਾਂ ਰਾਤ ਨੂੰ, ਗੁੜੀਆ ਨੇ ਜਾਣਾ ਸੀ ਬਾਥਰੂਮ ਤਾਂ ਉਦੋਂ ਪਤਾ ਲੱਗਿਆ ਵੀ ਸਾਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਆ ਜੀ, ਪੌੜੀਆਂ ਦੇ ਕਮਰਾ ਖੁੱਲ੍ਹਾ ਉਹਨਾਂ ਦੇ। ਅਸੀਂ ਸ਼ਾਦੀ 'ਤੇ ਗਏ ਹੋਏ ਸੀ, ਰਾਤ ਨੂੰ 12 ਵਜੇ ਆਏ ਹਾਂ ਜੀ, ਉਦੋਂ ਹੀ ਸੁੱਤੇ ਹਾਂ ਜੀ, 4 ਵਜੇ ਤੱਕ ਉੱਠੇ ਹਾਂ ਜੀ, ਉਦੋਂ ਦੇਖਿਆ ਸਾਰੇ। ਚੋਰੀ ਜੀ 25 ਲੱਖ ਰੁਪਇਆ ਕੈਸ਼ ਸੀ, 6 ਤੋਂ 7 ਲੱਖ ਦੇ ਵਿੱਚ ਸੋਨਾ ਸੀ। ਇਹ ਰਾਤੀ ਕੋਈ 2 ਵਜੇ ਦਾ ਕਹਿੰਦੇ ਨੇ ਕਿਸੇ ਫੰਕਸ਼ਨ ਤੋਂ ਆਏ ਨੇ, ਅਤੇ 4 ਵਜੇ ਇਹਨਾਂ ਦੀ ਲੜਕੀ ਉੱਠ ਖੜੀ ਹੈ, 2 ਤੋਂ 4 ਦੀ ਘਟਨਾ ਮੋਰਨਿੰਗ ਦੀ, 2 ਘੰਟਿਆਂ ਦੇ ਵਿੱਚ ਕੋਈ ਹੈ। ਇਹਨਾਂ ਦੇ ਚੋਰੀ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ, ਅਸੀਂ ਆਏ ਹਾਂ, ਕੋਈ 5-6 ਲੱਖ ਰੁਪਏ ਦੇ ਗੋਲਡ ਦੱਸਦੇ ਨੇ, 1-1.25 ਲੱਖ ਰੁਪਏ ਕੈਸ਼ ਹੈ। ਵੀਰ ਜੀ ਕੀ ਨਾਮ ਆ ਆਪਣਾ ਅਤੇ ਕੀ ਘਟਨਾ ਵਾਪਰੀ ਹੈ? ਮੇਰਾ ਨਾਮ ਅਨਕ ਸਰੀਜਾ ਜੀ, ਠੇਕੇ ਵਾਲੀ ਗਲੀ 'ਚ ਰਹਿੰਦੇ ਹਾਂ ਅਸੀਂ, ਅਤੇ ਚੋਰੀ ਹੋਈ ਹੈ ਜੀ ਆਪਣੇ ਰਾਤੀ, ਫਿਰ 2 ਤੋਂ 4 ਦੇ ਵਜੇ ਦਾ ਟਾਈਮ ਸੀ, 4 ਵਜੇ ਮੈਂ ਉੱਠਿਆ ਜੀ, ਅਤੇ ਉਦੋਂ ਦੇਖਿਆ ਸਾਰੇ ਦਰਵਾਜ਼ੇ ਖੁੱਲ੍ਹੇ ਸੀ ਅਤੇ ਲੋਕਰ ਭੰਨਿਆ ਪਿਆ ਸਾਰਾ ਜੀ। ਕਿੰਨੀ ਕੁ ਚੋਰੀ ਹੋਈ ਆ ਅੰਦਾਜ਼ਾ? ਚੋਰੀ 1.25 ਲੱਖ ਤੋਂ 1.5 ਲੱਖ ਤਾਂ ਕੈਸ਼ ਹੀ ਸੀਗਾ ਜੀ। ਠੀਕ ਹੈ, 7 ਤੋਂ 8 ਲੱਖ ਦਾ ਸੋਨਾ ਜੀ। ਚੋਰੀ ਕਿੰਨੀ ਕੁ ਹੋਈ ਹੈ ਕੋਈ ਅੰਦਾਜ਼ਾ? ਚੋਰੀ ਜੀ 1.25 ਲੱਖ ਰੁਪਇਆ ਕੈਸ਼ ਸੀ, ਅਤੇ 6 ਤੋਂ 7 ਲੱਖ ਦੇ ਵਿੱਚ ਸੋਨਾ ਸੀ ਜੀ। ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਤੁਸੀਂ? ਹਾਂਜੀ ਦੇ ਦਿੱਤੀ ਹੈ ਜੀ, ਅਤੇ SHO ਸਾਹਿਬ ਆਏ ਸੀਗੇ ਜੀ, ਉੱਥੇ ਕਰਕੇ ਤਫਤੀਸ਼ ਸਾਰੀ ਜੀ, ਅਤੇ ਕਹਿੰਦੇ ਬੰਦੀ ਕਾਰਵਾਈ ਜੀ ਕਰਾਂਗੇ। ਕੋਈ ਅੰਦਾਜ਼ਾ ਹੈ ਚੋਰ ਕਿੱਧਰੋਂ ਆਏ, ਕੋਈ ਪਤਾ ਲੱਗਿਆ ਕੁਛ? ਉੱਪਰੋਂ ਹੀ ਆਏ ਆ ਜੀ, ਕੋਈ ਮੇਨ ਗੇਟ ਤਾਂ ਖੁੱਲ੍ਹਾ ਨਹੀਂ ਸੀ ਨਾ ਹੀ ਕੋਈ, ਸਿਰਫ ਅਸੀਂ ਉੱਪਰ ਉੱਠੇ ਹਾਂ ਰਾਤ ਨੂੰ, ਗੁੜੀਆ ਨੇ ਜਾਣਾ ਸੀ ਬਾਥਰੂਮ ਤਾਂ ਉਦੋਂ ਪਤਾ ਲੱਗਿਆ ਵੀ ਸਾਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਆ ਜੀ, ਪੌੜੀਆਂ ਦੇ ਕਮਰਾ ਖੁੱਲ੍ਹਾ ਉਹਨਾਂ ਦੇ। ਦੱਸ ਰਹੇ ਸੀ ਤੁਸੀਂ ਵੀ ਸਾਰੇ ਘਰ ਦੇ ਬਾਹਰ ਸੀਗੇ, ਮਤਲਬ ਅਸੀਂ ਸ਼ਾਦੀ 'ਤੇ ਗਏ ਹੋਏ ਸੀ, ਰਾਤ ਨੂੰ 12 ਵਜੇ ਆਏ ਹਾਂ ਜੀ। ਠੀਕ ਹੈ, ਛੋਟਾ ਬ੍ਰਦਰ 1 ਵਜੇ ਆਇਆ, ਅਤੇ ਅਸੀਂ ਉਹ ਜਿਵੇਂ ਆਪਣਾ ਉਦੋਂ ਹੀ ਸੁੱਤੇ ਹਾਂ ਜੀ, 4 ਵਜੇ ਤੱਕ ਉੱਠੇ ਹਾਂ ਜੀ, ਉਦੋਂ ਦੇਖਿਆ ਸਾਰੇ। ਕੀ ਪ੍ਰਸ਼ਾਸਨ ਤੋਂ ਮੰਗ ਹੈ ਤੁਹਾਡੀ ਹੁਣ? ਪ੍ਰਸ਼ਾਸਨ ਤੋਂ ਮੰਗ ਹੈ ਜੀ ਸਾਡਾ ਸਾਰੀ ਆਪਣਾ ਕਾਰਵਾਈ ਕਾਨੂੰਨੀ ਕੀਤੀ ਜਾਵੇ ਪੂਰੀ, ਅਤੇ ਆਪਣਾ ਸਾਰਾ ਸਾਡੀ ਰਿਕਵਰੀ ਹੋ ਗਈ ਜੀ। ਠੀਕ ਹੈ ਜੀ, ਸ਼ੁਕਰੀਆ। ਕੀ ਘਟਨਾ ਹੋਈ ਹੈ ਅਤੇ ਕੀ ਹੈ ਕਾਰਵਾਈ? ਇਹ ਅਮਨ ਕਸਰੀਜਾ ਜੀ ਨੇ ਚਾਵਲ ਬ੍ਰੋਕਰ ਦਾ ਜਿਹੜਾ ਕੰਮ ਕਰਦੇ ਨੇ, ਇਹਨਾਂ ਦੇ ਚੋਰੀ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ, ਅਸੀਂ ਆਏ ਹਾਂ, ਕੋਈ 5-6 ਲੱਖ ਰੁਪਏ ਦੇ ਗੋਲਡ ਦੱਸਦੇ ਨੇ, 1-1.25 ਲੱਖ ਰੁਪਏ ਕੈਸ਼ ਹੈ, ਅਤੇ ਉਹ ਫਿੰਗਰ ਪ੍ਰਿੰਟ ਵਗੈਰਾ ਅਸੀਂ ਮੰਗਾਏ ਨੇ, ਡੋਗ ਸਕੋਟ ਵੀ ਆ ਰਿਹਾ, ਅਤੇ ਅਸੀਂ ਚੈੱਕ ਕਰ ਰਹੇ ਹਾਂ, ਇਨਵੈਸਟੀਗੇਸ਼ਨ FIR ਲੌਂਚ ਕਰਾਂਗੇ, ਫਿਰ ਅੱਗੇ ਇਨਵੈਸਟੀਗੇਸ਼ਨ ਕਰਾਂਗੇ, ਜਿਸ ਤਰ੍ਹਾਂ ਦੇ ਹਾਲਾਤ ਦੱਸਾਂਗੇ। ਸਰ ਕਿਸ ਤਰ੍ਹਾਂ, ਕਿੰਨੇ ਵਜੇ ਦਾ ਸਮਾਂ ਦੱਸ ਰਹੇ ਵੀ ਕਦੋਂ ਚੋਰੀ ਹੋਈ? ਇਹ ਰਾਤੀ ਕੋਈ 2 ਵਜੇ ਦਾ ਕਹਿੰਦੇ ਨੇ ਕਿਸੇ ਫੰਕਸ਼ਨ ਤੋਂ ਆਏ ਨੇ, ਅਤੇ 4 ਵਜੇ ਇਹਨਾਂ ਦੀ ਲੜਕੀ ਉੱਠ ਖੜੀ ਹੈ, 2 ਤੋਂ 4 ਦੀ ਘਟਨਾ ਮੋਰਨਿੰਗ ਦੀ, 2 ਘੰਟਿਆਂ ਦੇ ਵਿੱਚ ਕੋਈ ਇਹ ਜਿਹੜੀ ਇੰਸੀਡੈਂਟ ਹੋਇਆ। ਓਕੇ ਓਕੇ ਓਕੇ।